Mijn basisschooljaren waren heel hard. Ik heb een heel moeilijk tijd gehad daar. Ik heb tijden gehad waarbij ik zelfs ik heb echt tijden gehad waarbij het heel lastig was om te focussen op school, omdat ik zoveel gepest werd. Mensen begrepen mijn identiteit niet. Klasgenoten die vonden me heel raar omdat ik een klein knotje had op mijn hoofd. Ik was apart. Vandaar dat ze het niet konden accepteren. Ik heb dus echt een zware tijd gehad tijdens mijn basisschool. Ik ben flink gepest. Ik heb uiteindelijk zelfs niet eens op het einde schoolsjaar vakantie gegaan met mijn medeklasgenoten. Omdat ik zoveel gepest werd, had ik gewoon geen zin om mee te gaan. En uiteindelijk middelbare school ging het wat mild. Was veel minder, werd minder gepest. Maar ik ben in die tijd ben ik ook research zelf gaan doen om te kijken van hey, wat betekent mijn identiteit nou? Wat betekent mijn geloof nou? Ik heb heel veel familie in Engeland. En je familie steunt je natuurlijk in je keuze. En Sikhs in het algemeen worden veel meer geaccepteerd in Engeland. Dus ik had echt, in die tijd had ik ook echt momenten om daarheen te verhuizen, voor altijd, omdat ik het daar veel beter vond dan hier. Ik kreeg het gevoel dat ik daar meer geaccepteerd werd. En hier niet. Tijdens mijn hogeschooljaren heb ik echt flink moeite gehad met het solliciteren voor werk. Ik heb echt momenten gehad waarbij ik naar gesprekken moest. En zodra ik binnenkwam, zag ik al aan hun gezichten dat het niks zou worden. Sardar Kulwinder Singh ji, ati tuhadi sari team, jo Amsterdam to vidyak pakho ithe aaye ho. ਮੇਰੇ ਵੱਲੋਂ ਆਪ ਜੀ ਦਾ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ। ਮੈਨੂੰ ਇਸ ਮੁਲਕ ਦੇ ਵਿੱਚ ਆਇਆ ਲਗਭਗ 5 ਦਹਾਕੇ ਹੋ ਗਏ ਨੇ ਔਰ IBM ਦੇ ਵਿੱਚ ਮੈਂ ਬਹੁਤ ਸਾਲ ਕੰਮ ਕੀਤਾ। ਇੱਥੋਂ ਦੇ ਲੋਕਾਂ ਨੂੰ ਬੜੇ ਨੇੜੇ ਹੋ ਕੇ ਮੈਂ ਵੇਖਿਆ ਹੈ ਔਰ ਇਹਨਾਂ ਦੀਆਂ ਜਿਹੜੀਆਂ ਆਦਤਾਂ ਨੇ ਉਹ ਸਾਡੇ ਸਿੱਖਾਂ ਵਾਂਗੂ ਹੀ ਖਾਣ ਪੀਣ ਦੇ ਵਿੱਚ ਖੁੱਲ੍ਹੇ ਡੁੱਲੇ, ਸਿਹਤਾਂ ਦੇ ਵਿੱਚ ਖੁੱਲ੍ਹੇ ਡੁੱਲੇ ਔਰ ਉਸ ਤੋਂ ਬਾਅਦ ਪ੍ਰਾਹੁਣਾਚਾਰੀ ਵੀ ਔਰ ਇੱਕ ਦੂਜੇ ਦੀ ਮਦਦ ਕਰਨਾ। ਸੋ ਇਹ ਸਾਰੇ ਗੁਣ ਦੇਖ ਕੇ ਅਤੇ ਮੇਰੇ ਮਨ ਦੇ ਵਿੱਚ ਇਹ ਲਾਲਸਾ ਜੀ ਆਈ ਵੀ ਮੈਂ ਇਹਨਾਂ ਲੋਕਾਂ ਬਾਰੇ ਜ਼ਰੂਰ ਜਾਣਨਾ ਚਾਹੁੰਦਾ ਹਾਂ। ਔਰ ਬਾਕੀ ਜਿਸ ਮੁਲਕ ਦੇ ਵਿੱਚ ਤੁਸੀਂ ਇੰਨੇ ਸਾਲ ਰਹੋ ਉਹ ਨੈਚੁਰਲੀ ਇੱਕ ਕੁਦਰਤੀ ਤੌਰ 'ਤੇ ਇੱਕ ਨਾ ਮੁਹੱਬਤ ਵੀ ਹੋ ਜਾਂਦੀ ਹੈ ਕਿ ਇਸ ਮੁਲਕ ਦੇ ਵਿੱਚ ਇੰਨੇ ਸਾਲ ਕੰਮ ਕੀਤਾ ਔਰ ਇੱਥੇ ਅਸੀਂ ਰਹਿੰਦੇ ਹਾਂ, ਲੋਕਾਂ ਦੇ ਨਾਲ ਮਿਲਵਰਤਨ ਹੈ, ਤਾਂ ਉਹਨਾਂ ਲੋਕਾਂ ਬਾਰੇ ਜਾਣਨ ਦਾ ਜਿਹੜਾ ਸੀ ਉਹ ਚਾਹ ਮੇਰੇ ਮਨ ਦੇ ਵਿੱਚ ਪੈਦਾ ਹੋਈ। ਇਹ ਦੋ ਮੇਨ ਕਾਰਨ ਹਨ ਜਿਨ੍ਹਾਂ ਕਰਕੇ ਮੈਂ ਇਹ ਡੱਚ ਸਿੱਖ ਕਿਤਾਬ ਜਿਹੜੀ ਹੈ ਉਹ ਲਿਖੀ ਹੈ। 1960 ਦੇ ਕਰੀਬ ਸਾਡੇ ਸਿੱਖ ਜਿਹੜੇ ਨੇ ਉਹ ਇੱਥੇ ਆਉਣੇ ਸ਼ੁਰੂ ਹੋਏ ਨੇ।
ਸਭ ਤੋਂ ਪਹਿਲੀ ਜਿਹੜੀ ਫੈਮਿਲੀ ਹੈ ਹਾਲੈਂਡ ਦੇ ਵਿੱਚ ਉਹ ਸਰਦਾਰ ਬੇਅੰਤ ਸਿੰਘ ਹੋਰਾਂ ਦੀ ਰੋਟਰਡਮ ਤੋਂ। ਉਹਨਾਂ ਦੇ ਲੜਕੇ ਸਰਦਾਰ ਤਰਲੋਚਨ ਸਿੰਘ ਜੀ, ਉਹਨਾਂ ਦਾ ਕਾਫੀ ਕਾਰੋਬਾਰ ਹੈ। ਉਹ ਇਸ ਮੁਲਕ ਦੇ ਵਿੱਚ ਤਹਿਰਾਨ ਤੋਂ ਸਭ ਤੋਂ ਪਹਿਲਾਂ ਆਏ ਨੇ। ਉਸ ਤੋਂ ਬਾਅਦ ਫਿਰ 1971 ਦੇ ਵਿੱਚ ਇੱਥੇ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਜੀ ਅੰਬੈਸਡਰ ਬਣ ਕੇ ਇੰਡੀਆ ਦਾ, ਉਹਨਾਂ ਨੇ ਲਗਭਗ 2.5 ਸਾਲ ਇੱਥੇ ਸੇਵਾ ਕੀਤੀ ਹੈ। ਸੋ ਇਸ ਤੋਂ ਇਲਾਵਾ ਇੱਕ ਸਿੱਖ ਹੋਰ ਦਾ ਮੈਂ ਜ਼ਿਕਰ ਜ਼ਰੂਰ ਕਰਾਂਗਾ। ਤੰਦੂਰ ਰੈਸਟੋਰੈਂਟ ਐਮਸਟਰਡਮ ਦੇ ਵਿੱਚ ਹੁੰਦਾ ਸੀ। 1971 ਦੇ ਵਿੱਚ ਉਹਨਾਂ ਨੇ ਦਿੱਲੀ ਤੋਂ ਆ ਕੇ ਅਤੇ ਤੰਦੂਰ ਰੈਸਟੋਰੈਂਟ ਜਿਹੜਾ ਹੈ ਉਹ ਕਾਇਮ ਕੀਤਾ ਹੈ। ਔਰ 1972 ਦੇ ਵਿੱਚ ਸਾਡੇ ਅਮਰੀਕਨ ਸਿੱਖ ਵੀ ਜਿਨ੍ਹਾਂ ਦੇ ਜੋ ਟੀਚਰ ਨੇ ਸਿੰਘ ਸਾਹਿਬ ਹਰਭਜਨ ਸਿੰਘ ਖਾਲਸਾ ਜੋਗੀ ਜੀ ਅਮਰੀਕਾ ਵਾਲੇ, ਉਹਨਾਂ ਨੇ ਇੱਥੇ ਆ ਕੇ ਅਤੇ ਗੋਲਡਨ ਟੈਂਪਲ ਰੈਸਟੋਰੈਂਟ ਜਿਹੜੇ ਨੇ ਅਤੇ ਗੁਰੂ ਰਾਮਦਾਸ ਆਸ਼ਰਮ ਜਿਹੜਾ ਹੈ ਉਹ ਸ਼ੁਰੂ ਕੀਤਾ ਹੈ। ਸੋ ਇੰਨੇ ਕੁ ਪਰਿਵਾਰਾਂ ਨੂੰ ਮੈਂ ਜਾਣਦਾ ਹਾਂ ਜਿਹੜੇ ਪਹਿਲੋਂ ਆਏ ਨੇ। ਡੱਚਾਂ ਵੱਲ ਆਈਏ ਵੀ ਇਹਨਾਂ ਦੀ, ਕਿਉਂਕਿ ਡੱਚ ਈਸਟ ਇੰਡੀਆ ਕੰਪਨੀ ਬੜੀ ਸਟਰੋਂਗ ਸੀ ਔਰ ਇਹਨਾਂ ਦੀ ਫੌਜ ਵੀ ਸੀ, ਇਹਨਾਂ ਦੇ ਅੰਬੈਸਡਰ ਡਿਪਲੋਮੈਟਿਕ ਰਿਲੇਸ਼ਨ ਜਿਹੜੇ ਸਨ ਉਹ ਵੀ ਸਨ। ਅਤੇ ਉਹ ਇਹਨਾਂ ਨੇ ਮਿਸਟਰ ਜੋਸਫ ਕੈਟਲਾਰ ਜੋ ਕਿ ਅੰਬੈਸਡਰ ਸੀ ਡੱਚ ਈਸਟ ਇੰਡੀਆ ਕੰਪਨੀ ਦਾ, ਉਸਨੂੰ ਲਾਹੌਰ ਭੇਜਿਆ ਕਿਉਂਕਿ ਜਿਹੜਾ ਬਹਾਦਰ ਸ਼ਾਹ ਉਸ ਵੇਲੇ ਮੁਗਲ ਬਾਦਸ਼ਾਹ ਸੀਗਾ ਉਹ ਲਾਹੌਰ ਸੀਗਾ। ਉੱਧਰ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਚੱਲ ਰਿਹਾ ਸੀ, ਬੜਾ ਸਟਰੋਂਗ ਰਾਜ। ਔਰ ਬਹਾਦਰ ਸ਼ਾਹ ਆਪਣੀਆਂ ਸਾਰੀਆਂ ਫੌਜਾਂ ਲੈ ਕੇ ਅਤੇ ਲਾਹੌਰ ਉਹਨੇ ਡੇਰੇ ਲਾਏ ਸਨ ਸਿੱਖਾਂ ਨੂੰ ਕੁਚਲਣ ਵਾਸਤੇ। ਮਿਸਟਰ ਕੈਟਲਾਰ ਸੂਰਤ ਤੋਂ ਚੱਲਿਆ, 10 ਇਹਦੇ ਕੋਲ ਹਾਥੀ ਸਨ, 40 ਇਹਦੇ ਕੋਲ ਘੋੜੇ ਸਨ ਔਰ ਉਸ ਤੋਂ ਇਲਾਵਾ ਹੋਰ ਵੀ ਬਹੁਤ ਹੀ ਸਮਾਨ ਗਿਫਟ ਦੇ ਤੌਰ ਦੇ ਉੱਤੇ ਬਹਾਦਰ ਸ਼ਾਹ ਨੂੰ ਭੇਟ ਕਰਨ ਵਾਸਤੇ ਇਹ ਉੱਥੇ ਆਇਆ। ਔਰ 20 ਦਸੰਬਰ 2011 ਨੂੰ ਇਹ ਲਾਹੌਰ ਪਹੁੰਚ ਗਿਆ। ਲੇਕਿਨ ਇਹ ਸਾਰੇ ਸਮੇਂ ਦੇ ਵਿੱਚ 10 ਮਹੀਨੇ ਲੱਗ ਗਏ, ਸੂਰਤ ਤੋਂ ਲਾਹੌਰ ਪਹੁੰਚਣ ਤੱਕ 10 ਮਹੀਨੇ ਲੱਗ ਗਏ। ਔਰ ਉਹ ਫਿਰ ਸਿੱਖ ਰਾਜ ਦੇ ਵਿੱਚੋਂ ਲੰਘ ਕੇ ਗਿਆ ਔਰ ਸਿੱਖਾਂ ਦਾ ਐਡਾ ਚੰਗਾ ਰਾਜ ਸੀ, ਐਡੇ ਉਹ ਪਾਪੂਲਰ ਸਨ, ਇੰਨੇ ਉਹ ਲੋਕ ਉਹਨਾਂ ਦੀ ਪ੍ਰੀਤਤਾ ਸੀਗੀ ਕਿਉਂਕਿ ਉਹ ਉਹਨਾਂ ਨੇ ਜ਼ਮੀਨਾਂ ਵੀ ਜਿਹੜੀਆਂ ਨੇ ਉਹ ਮੁਜ਼ਾਹਰਿਆਂ ਨੂੰ ਦੇ ਦਿੱਤੀਆਂ ਵੀ ਜਿਹੜੇ ਜਿਹੜੇ ਜ਼ਮੀਨ ਪਾਉਂਦੇ ਨੇ ਉਹੀ ਹੱਕਦਾਰ ਨੇ। ਹੋਰ ਉਹਨਾਂ ਨੇ ਬੜੇ ਉੱਥੇ ਰਿਫੋਰਮਸ ਆਪਣੇ ਲਿਆਂਦੇ ਔਰ ਇਹ ਸਿੱਖਾਂ ਨੂੰ ਦੇਖ ਕੇ ਇਹ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਇਹ ਪੱਛਮ ਦਾ ਸਾਰਾ ਇਲਾਕਾ ਦਿੱਲੀ ਤੋਂ, ਜਿਸ ਤਰ੍ਹਾਂ ਮੈਂ ਉਹਨਾਂ ਸਭ ਵੱਡੇ ਵੱਡੇ ਸ਼ਹਿਰਾਂ ਦਾ ਜ਼ਿਕਰ ਕੀਤਾ ਹੈ, ਟੋਹਾਣਾ ਔਰ ਆਪਣਾ ਪਾਣੀਪਤ, ਸਡੌਰਾ, ਇਹ ਬਹੁਤ ਵੱਡੇ ਵੱਡੇ ਸ਼ਹਿਰ ਸਨ ਔਰ ਇਹਨਾਂ ਦੇ ਵਿੱਚੋਂ ਦੀ ਜਦੋਂ ਉਹ ਲੰਘਿਆ ਅਤੇ ਇਹਨਾਂ ਨੂੰ ਸਿੱਖਾਂ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ, ਇਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਔਰ ਵੱਧ ਤੋਂ ਵੱਧ ਮਤਲਬ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਮਿਸਟਰ ਕੈਟਲਾਰ ਇੱਕ ਬਹੁਤ ਵੱਡਾ ਐਜੂਕੇਸ਼ਨਿਸਟ, ਆਪਣਾ ਜਿਹਨੂੰ ਵਿਦਵਾਨ ਹਾਂ ਉਹ ਆਪਾਂ ਕਹਿ ਸਕਦੇ ਹਾਂ ਉਹ ਹੈ। ਉਸਨੇ ਹਿੰਦੀ ਦੀ ਵਿਆਕਰਨ ਲਿਖੀ, ਪਹਿਲਾ ਯੂਰਪੀਅਨ ਹੈ ਜਿਹਨੇ ਹਿੰਦੀ ਦੀ ਵਿਆਕਰਨ ਵੀ ਇਹਨੂੰ ਕਿਸ ਤਰ੍ਹਾਂ ਸਮਝਣਾ ਹੈ ਕਿਸ ਤਰ੍ਹਾਂ ਲਿਖਣਾ ਹੈ ਉਹ ਉਹਨੇ ਲਿਖੀ ਹੈ। ਅਤੇ ਉਸ ਤੋਂ ਇਲਾਵਾ ਉਹਨੇ ਹੋਰ ਵੀ ਬਹੁਤ ਟਿੱਪਣੀਆਂ ਕੀਤੀਆਂ ਨੇ ਜਿਹੜੀਆਂ ਅੱਜ ਵੀ ਅਸੀਂ ਯੂਨੀਵਰਸਿਟੀ ਆਫ ਯੂਤਰਕ, ਲੇਡਨ ਯੂਨੀਵਰਸਿਟੀ ਜਾਂ ਡੈਨਹਾਗ ਦੇ ਆਰਚਾਈਵਸ ਜਿਹੜੇ ਨੇ ਉਹ ਉਹਨਾਂ ਦੇ ਵਿੱਚੋਂ ਅਸੀਂ ਉਹ ਲੈ ਕੇ ਅਤੇ ਪੜ੍ਹ ਸਕਦੇ ਹਾਂ। ਸੋ ਪਹਿਲਾ ਜਿਹੜਾ ਸੰਬੰਧ ਹੈ ਸਾਡਾ ਅਤੇ ਡੱਚਾਂ ਦਾ ਉਹ ਸਨ 1712 ਈਸਵੀ ਨੂੰ ਬਾਬਾ ਬੰਦਾ ਸਿੰਘ ਜੀ ਦੇ ਰਾਜ ਦੇ ਵੇਲੇ ਉਹਨਾਂ ਦੇ ਇਲਾਕੇ ਦੇ ਵਿੱਚੋਂ ਦੀ ਜਦੋਂ ਮਿਸਟਰ ਕੈਟਲਰ ਗਿਆ ਵਾ ਅਤੇ ਇਹ ਸਾਡਾ ਪਹਿਲਾ ਸੰਬੰਧ ਸਿੱਖਾਂ ਦੇ ਨਾਲ। ਫਸਟ ਵਰਲਡ ਵਾਰ ਜੋ ਕਿ 1914 ਤੋਂ ਲੈ ਕੇ 1918 ਤੱਕ ਹੋਈ ਔਰ ਜਿਹਦਾ ਜੋ ਸੈਂਟਰ ਸੀ ਉਹ ਯੂਰਪ ਸੀ ਔਰ ਸਾਡੇ ਭਾਰਤ ਤੋਂ 3 ਡਿਵੀਜ਼ਨਾਂ ਜਿਹੜੀਆਂ ਨੇ ਉਹ ਇੱਧਰ ਯੂਰਪ ਲਿਆਉਂਦੀਆਂ ਗਈਆਂ ਜਿਨ੍ਹਾਂ ਦੇ ਵਿੱਚ ਬਹੁਤ ਗਿਣਤੀ ਜਿਹੜੀ ਸੀ ਉਹ ਸਿੱਖਾਂ ਦੀ ਸੀ। ਔਰ ਮਹਾਰਾਜਾ ਪਟਿਆਲਾ ਜੋ ਕਿ ਇੱਕ ਇੱਕ ਸਟੇਟ ਆ
ਪੰਜਾਬ ਦੇ ਵਿੱਚ ਬਹੁਤ ਹੀ ਸ਼ਕਤੀਸ਼ਾਲੀ ਸਟਰੇਟ ਆ, ਉੱਥੋਂ ਦੇ ਮਹਾਰਾਜਾ ਭੁਪਿੰਦਰ ਸਿੰਘ ਜੀ ਉਸ ਵੇਲੇ ਇਹਨਾਂ ਰੈਜੀਮੈਂਟਾਂ ਦੇ ਲੈਫਟੀਨੈਂਟ ਜਨਰਲ ਸਨ। ਜਿਹੜੀ ਕੌਂਸਲ ਬਣੀ ਹੋਈ ਸੀ, ਸਲਾਹਕਾਰ ਕੌਂਸਲ, ਵੀ ਲੜਾਈ ਦੇ ਪੈਂਤੜੇ ਔਰ ਫੈਸਲੇ ਲੈਣ ਦੀ, ਉਹਦੇ ਵਿੱਚ ਵੀ ਉਹ ਮੈਂਬਰ ਸਨ। ਔਰ ਉਹਨਾਂ ਦੇ ਕਰਕੇ, ਕਿਉਂਕਿ ਉਹ ਇੱਥੇ ਯੂਰਪ ਦੇ ਵਿੱਚ, ਬੈਲਜੀਅਮ ਦੇ ਵਿੱਚ ਵੀ ਆਏ, ਫਰਾਂਸ ਵੀ ਗਏ, ਇੰਗਲੈਂਡ ਵੀ ਗਏ, ਔਰ ਸਿੱਖ ਰੈਜੀਮੈਂਟਾਂ ਦੇ ਲੈਫਟੀਨੈਂਟ ਜਨਰਲ ਹੋਣ ਦੇ ਨਾਤੇ ਸਾਡਾ ਜੋ ਯੂਰਪ ਦੇ ਨਾਲ ਆ ਉਹ ਕਾਫੀ ਕੂੜਾ ਸੰਬੰਧ ਫਸਟ ਵਰਲਡ ਵਾਰ ਦੇ ਵਿੱਚ ਹੋਇਆ। ਜਦੋਂ ਸਾਡੀਆਂ ਫੌਜਾਂ ਫਰਾਂਸ ਅਤੇ ਬੈਲਜੀਅਮ ਦੇ ਵਿੱਚ ਆਈਆਂ 1914 ਫਸਟ ਵਰਲਡ ਵਾਰ ਨੂੰ ਲੜਨ 'ਤੇ, ਇਸ ਨੂੰ ਵੈਸਟਰਨ ਫਰੰਟ ਕਹਿੰਦੇ ਨੇ। ਇੱਥੇ ਸਾਡੀਆਂ ਬਹੁਤ ਸ਼ਹੀਦੀਆਂ ਹੋਈਆਂ, ਲਗਭਗ 34,000 ਤੋਂ ਉੱਪਰ ਜਿਹੜੇ ਸਾਡੇ ਭਾਰਤੀ ਨੇ, ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਿੱਖ ਨੇ, ਉਹ ਸ਼ਹੀਦ ਹੋਏ। ਔਰ ਜਰਮਨ ਦੇ ਜਦੋਂ ਪੈਰ ਉਖੜਨੇ ਸ਼ੁਰੂ ਹੋ ਗਏ ਤਾਂ ਸਾਡੀਆਂ ਸਿੱਖ ਰੈਜੀਮੈਂਟਾਂ ਜਿਹੜੀਆਂ ਨੇ ਉਹ ਇੱਧਰ ਆ ਲੈਣ, ਉਹਨਾਂ ਦਾ ਪਿੱਛਾ ਕਰਨੀਆਂ। ਉਹ ਜਿਸ ਜੋ ਇੱਥੇ ਆਪਣੇ ਯੂਥ ਦੇ ਲਾਗੇ ਹੈ ਹਾਰਡਰ ਵੇ, ਉਸ ਤੋਂ ਇਲਾਵਾ ਬਰਗਨ ਆਫ ਸਮ ਅਤੇ ਬਿਹੋਂਡ ਬਰਗਨ ਜੋ ਬੈਲਜੀਅਮ ਦਾ ਇਲਾਕਾ, ਔਰ ਡੈਨਹਾਗ ਦੇ ਵਿੱਚ ਫਿਰਮਲੀ ਹਾਲ ਹੈ, ਉਹਦੇ ਵਿੱਚ ਕੈਂਪ ਲੱਗੇ ਸਨ। ਉਹਨਾਂ ਕੈਂਪਾਂ ਦੇ ਵਿੱਚ ਜੋ ਨੇ ਆਪਣੇ ਸਿੱਖ ਜਿਹੜੇ ਨੇ ਉਹ ਰਹੇ ਨੇ। ਔਰ ਇੱਥੋਂ ਦਾ ਜਿਹੜਾ ਹੈ ਇੱਕ ਬਹੁਤ ਵੱਡਾ ਮਿਸਟਰ ਜਨ ਹਾਈਨੋਕ ਫਨ ਪਾਪਨ ਦਰਖਤ, ਇਹ ਇੱਕ ਆਰਟਿਸਟ ਹੋਇਆ ਹਾਲੈਂਡ ਦਾ ਬਹੁਤ ਵੱਡਾ, ਔਰ ਇਸ ਬੰਦੇ ਨੇ ਸਾਡੇ ਸਿੱਖਾਂ ਦੀਆਂ ਅਤੇ ਹੋਰ ਵੀ ਜਿਹੜੀਆਂ ਕੌਮਾਂ ਇੱਥੇ ਹਾਲੈਂਡ ਦੇ ਵਿੱਚ ਰਹੀਆਂ ਨੇ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਬਣਾਈਆਂ ਨੇ। ਹਾਲੈਂਡ ਵੈਸੇ ਤਾਂ ਨਿਊਟਰਲ ਸੀ, ਲੇਕਿਨ ਕਿਉਂਕਿ ਇਹ ਸਾਰੀਆਂ ਕੌਮਾਂ ਇੱਥੇ ਜਰਮਨ ਦਾ ਪਿੱਛਾ ਕਰਦੇ ਆਈਆਂ ਸਨ, ਉਹਨਾਂ ਦੀਆਂ ਫੋਟੋਆਂ ਬਣਾ ਕੇ ਜੋ ਕਿ ਇਸ ਵੇਲੇ ਡੈਲਫਟ ਦਾ ਜਿਹੜਾ ਮਿਊਜ਼ੀਅਮ ਹੈ ਮਿਲਟਰੀ ਦਾ, ਉਹਦੇ ਵਿੱਚ ਉਹਨਾਂ ਨੇ ਪ੍ਰਜ਼ਰਵ ਕੀਤੀਆਂ ਹੋਈਆਂ ਰੱਖੀਆਂ ਹੋਈਆਂ। ਸੋ ਸਾਡਾ ਜਿਹੜਾ ਸੰਬੰਧ ਹੈ ਫਸਟ ਵਰਲਡ ਵਾਰ ਦਾ, ਉਹ ਸਿੱਖਾਂ ਦਾ ਅਤੇ ਡੱਚਾਂ ਦਾ ਇਹਨਾਂ ਸ਼ਹਿਰਾਂ ਦੇ ਵਿੱਚ ਰਹਿਣ ਕਰਕੇ ਇੱਕ ਬਹੁਤ ਹੀ ਗੂੜਾ ਸੰਬੰਧ ਹੈ। ਔਰ ਅਸੀਂ ਜਰਮਨ ਦਾ ਪਿੱਛਾ ਕਰਦੇ ਉੱਥੋਂ ਗਾਂਹ ਨੂੰ, ਜਿਸ ਤਰ੍ਹਾਂ ਹੁਣ ਸਮਝ ਲਓ ਵੀ ਜਰਮਨੀ ਦੇ ਵਿੱਚ ਸਾਡੀਆਂ ਬਰਲਿਨ ਦੇ ਵਿੱਚ ਸਮਾਧਾਂ ਨੇ, ਕਿਉਂਕਿ ਅਸੀਂ ਫਿਰ ਜਰਮਨ ਨੂੰ ਤੱਕਦੇ ਮਤਲਬ ਗਾਂਹ ਨੂੰ ਗਏ ਹਾਂ। ਗੋਟਿੰਗਨ, ਕੋਲਨ, ਜਾਹਨਸਡੋਰਫ ਜੋ ਸ਼ਹਿਰ ਹੈ ਉਹ ਬਰਲਿਨ ਦੇ ਬਿਲਕੁਲ ਲਾਗੇ ਹੈ, ਉੱਥੇ ਸਾਡੇ ਨਾ ਕੈਦੀ ਜਿਹੜੇ ਨੇ ਉਹ ਬਹੁਤੇ ਰਹੇ ਨੇ, ਉਹ ਉੱਥੇ ਉਹ ਪੂਰੇ ਹੋ ਗਏ ਕੈਦ ਦੇ ਵਿੱਚ। ਸੋ ਇਹਨਾਂ ਦੀਆਂ ਸਮਾਧਾਂ ਨੇ। ਔਰ ਬੋਲ ਦੇ ਵਿੱਚ ਫਰੈਂਕਫੂਰਟ ਦੇ ਲਾਗੇ ਜਿਹੜਾ ਬੋਲ ਹੈ ਉੱਥੇ ਵੀ ਸਾਡੀਆਂ ਫਸਟ ਵਰਲਡ ਵਾਰ 'ਚ ਸਮਾਧਾਂ ਨੇ। ਸੋ ਵੈਰੀ ਦਾ ਪਿੱਛਾ ਕਰਦਿਆਂ ਅਤੇ ਬਰਲਿਨ ਤੱਕ ਜਾਂਦਿਆਂ ਸਾਡੇ ਸਿੰਘਾਂ ਦੀਆਂ ਜਿਹੜੀਆਂ ਸ਼ਹੀਦੀਆਂ ਹੋਈਆਂ ਨੇ ਉਹਨਾਂ ਦਾ ਜੋ ਰਿਕਾਰਡ ਹੈ ਉਹ ਇਹਨਾਂ ਸ਼ਹਿਰਾਂ ਦੇ ਵਿੱਚ ਇਹਨਾਂ ਸਮਿਟਰੀਆਂ ਦੇ ਵਿੱਚ ਮਿਲਦਾ। ਇੰਡੋਨੇਸ਼ੀਆ ਦੇ ਨਾਲ ਸਾਡਾ ਕੀ ਸੰਬੰਧ ਹੈ? ਜਿਸ ਤਰ੍ਹਾਂ ਮੈਂ ਆਪ ਜੀ ਨੂੰ ਦੱਸਿਆ ਕਿ 1824 ਈਸਵੀ ਦੇ ਵਿੱਚ ਹਾਲੈਂਡ ਹਿੰਦੁਸਤਾਨ ਛੱਡ ਕੇ ਅਤੇ ਉੱਧਰ ਜਾ ਕੇ ਅਤੇ ਆਪਣਾ ਇੰਡੋਨੇਸ਼ੀਆ ਦੇ ਵਿੱਚ ਕਾਬਜ਼ ਹੋ ਗਿਆ। ਔਰ ਜਦੋਂ ਸੈਕਿੰਡ ਵਰਲਡ ਵਾਰ ਹੋਈ ਆ ਤਾਂ ਉਸ ਵੇਲੇ 1942 ਤੱਕ ਸਾਡੀਆਂ ਸਿੱਖ ਫੌਜਾਂ ਨੇ ਔਰ ਇੰਡੀਆ ਤੋਂ ਜਿਹੜੀਆਂ ਫੌਜਾਂ ਅੰਗਰੇਜ਼ਾਂ ਦੇ ਥੱਲੇ ਆਈਆਂ ਸਨ ਉਹਨਾਂ ਨੇ ਉਹਨਾਂ ਦਾ ਮੁਕਾਬਲਾ ਕੀਤਾ। ਉਸ ਤੋਂ ਬਾਅਦ ਇਹਨਾਂ ਨੂੰ ਵਾਪਸ ਜਾਣਾ ਪੈ ਗਿਆ, ਜਪਾਨ ਦਾ ਕਬਜ਼ਾ ਹੋ ਗਿਆ। ਔਰ 1944 ਦੇ ਵਿੱਚ ਫਿਰ ਸਾਡੀਆਂ ਜਿਹੜੀਆਂ ਫੌਜਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਫੌਜਾਂ ਪੰਜਾਬ ਦੇ ਵਿੱਚੋਂ ਇੰਡੋਨੇਸ਼ੀਆ ਗਈਆਂ। ਔਰ ਉਸ ਤੋਂ ਬਾਅਦ ਜਪਾਨੀਆਂ ਨੇ ਜਿੰਨੀਆਂ ਸਾਡੇ ਇੱਥੋਂ ਦੀਆਂ ਯੂਰਪੀਅਨ ਕੌਮਾਂ ਸਨ, ਚਾਹੇ ਡੱਚ ਸਨ, ਚਾਹੇ ਫਰਾਂਸੀਸੀ ਸਨ, ਅਮੈਰੀਕਨ ਸਨ, ਔਰ ਆਪਣੇ ਹਾਲੈਂਡ ਤੋਂ ਸਨ, ਇਹਨਾਂ ਨੂੰ ਕੈਂਪਾਂ ਦੇ ਵਿੱਚ ਰੱਖਿਆ ਹੋਇਆ ਸੀ। ਔਰ ਇਹਨਾਂ ਦੀ ਹਾਲਤ ਬਹੁਤ ਮਾੜੀ ਸੀ। ਸਾਡੇ ਫੌਜੀਆਂ ਨੇ, ਖਾਸ ਕਰਕੇ ਸਿੱਖਾਂ ਅਤੇ ਗੋਰਖਿਆਂ ਨੇ, ਇਹਨਾਂ ਨੇ ਰਲ ਕੇ ਉਹਨਾਂ ਨੂੰ ਕੈਂਪਾਂ ਦੇ ਵਿੱਚੋਂ ਬਾਹਰ ਕੱਢਿਆ।
ਉਹਨਾਂ ਦੀ ਦੇਖਭਾਲ ਕੀਤੀ ਔਰ ਬਹੁਤ ਵੱਡੀ ਗਿਣਤੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਬਚਾਇਆ। ਮੈਂ ਇੱਥੇ ਆਪ ਜੀ ਨੂੰ ਇੱਕ ਉਦਾਹਰਣ ਦੇਵਾਂਗਾ ਕਿ ਸਾਡੇ ਇੱਥੇ ਮਨਿਸਟਰ ਰਹੇ ਨੇ ਮਿਸਟਰ ਬੈਨ ਬੋਟ 2003 ਤੋਂ ਲੈ ਕੇ ਅਤੇ 2008 ਤੱਕ ਫੋਰਨ ਮਨਿਸਟਰ ਰਹੇ ਨੇ। ਉਹ ਉਸ ਵੇਲੇ 10 ਸਾਲਾਂ ਦੇ ਸਨ ਔਰ ਉਹਨਾਂ ਦਾ ਪਰਿਵਾਰ ਵੀ ਉੱਥੇ ਬਹੁਤ ਵੱਡਾ ਸੀ। ਇਹ ਸਾਰੇ ਪਰਿਵਾਰ ਨੂੰ ਸਿੱਖਾਂ ਨੇ ਬਚਾਇਆ ਔਰ ਮੈਨੂੰ ਬੈਨ ਬੋਟ ਨੇ ਸਨ 2008 ਦੇ ਵਿੱਚ ਚਿੱਠੀ ਵੀ ਲਿਖੀ ਔਰ ਉਸ ਤੋਂ ਬਾਅਦ ਮੈਂ ਉਹਨਾਂ ਦਾ ਇੰਟਰਵਿਊ ਲੈਣ ਵਾਸਤੇ 2013 ਦੇ ਵਿੱਚ ਮੈਂ ਡੈਨ ਹਾਗ ਉਹਨਾਂ ਦੇ ਦਫ਼ਤਰ ਦੇ ਵਿੱਚ ਮੈਂ ਗਿਆ ਔਰ ਉਸਨੇ ਸਾਡਾ ਸਾਰਿਆਂ ਦਾ ਸਿੱਖਾਂ ਦਾ ਬਹੁਤ ਧੰਨਵਾਦ ਕੀਤਾ ਔਰ ਉਹਨੇ ਦੱਸਿਆ ਕਿ ਮੈਨੂੰ ਇੱਕ ਵੱਡਾ ਸਾਰਾ ਮਤਲਬ ਚੋਲਾ ਟਾਈਪ ਵੀ ਮੈਂ ਸਮਝਾ ਕਹਾਂਗਾ ਕਿ ਉਹ ਉਹਨਾਂ ਨੇ ਸਵਾ ਕੇ ਪਿਆਇਆ ਪਹਿਨਾਇਆ ਔਰ ਮੈਨੂੰ ਚੰਗਾ ਖਾਣਾ ਦਿੰਦੇ ਸਨ। ਮੇਰੀ ਜ਼ਿੰਦਗੀ ਬਦਲ ਗਈ ਔਰ 7 ਮਹੀਨੇ ਮੇਰਾ ਸਾਰਾ ਪਰਿਵਾਰ ਉੱਥੇ ਸਿੱਖਾਂ ਦੀ ਦੇਖ ਰੇਖ ਦੇ ਵਿੱਚ ਰਿਹਾ ਔਰ ਬਾਅਦ ਦੇ ਵਿੱਚ ਸਿੱਖਾਂ ਨੇ ਇੱਕ ਹੋਰ ਬਹੁਤ ਵੱਡਾ ਕੰਮ ਕੀਤਾ ਕਿ ਇਹ ਜਿੰਨੀਆਂ ਯੂਰੋਪੀਅਨ ਕੌਮਾਂ ਸਨ ਇਹਨਾਂ ਨੂੰ ਉਹਨਾਂ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਪਹੁੰਚਾਉਣ ਦੇ ਵਿੱਚ ਵਾਪਸ ਪਹੁੰਚਾਉਣ ਦੇ ਵਿੱਚ ਬਹੁਤ ਵੱਡੀ ਮਦਦ ਕੀਤੀ। ਸੋ ਇਹ ਇਸ ਤਰ੍ਹਾਂ ਸਾਡਾ ਜਿਹੜਾ ਸੰਬੰਧ ਹੈ ਸੈਕਿੰਡ ਵਰਲਡ ਵਾਰ ਦੇ ਵਿੱਚ ਵੀ ਇਹਨਾਂ ਦੇ ਡੱਚਾਂ ਦੇ ਨਾਲ ਬਹੁਤ ਹੈ। ਇਹ ਬ੍ਰਿਟਿਸ਼ ਲਗਭਗ 300 ਸਾਲ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਰਹੇ ਨੇ 17ਵੀਂ ਸਦੀ ਤੋਂ ਲੈ ਕੇ ਅਤੇ 1947 ਤੱਕ ਉਹ ਰਹੇ ਨੇ। ਹੁਣ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਜਿਹੜੇ ਸਿੱਖ ਨੇ ਉਹ ਇਹ ਬਹੁਤ ਬਹਾਦਰ ਨੇ, ਬੜੇ ਲੜਾਕੇ ਨੇ, ਬੜੇ ਚੰਗੇ ਨੇ ਔਰ ਇਹਨਾਂ ਨੂੰ ਆਪਣੇ ਨਾਲ ਲਏ ਬਗੈਰ ਸਾਡਾ ਸਰਨਾ ਨਹੀਂ। ਅਸੀਂ ਜੇ ਇੰਡੀਆ ਦੇ ਵਿੱਚ ਕਾਮਯਾਬ ਹੋਵਾਂਗੇ ਤਾਂ ਅਸੀਂ ਇਹਨਾਂ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਸਾਡਾ ਭਲਾ ਹੈ। ਉਹਨਾਂ ਨੇ ਸਾਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਫੌਜ ਦੇ ਵਿੱਚ ਸ਼ਾਮਲ ਕੀਤਾ, ਜਿਸ ਦੀ ਉਦਾਹਰਣ ਫਸਟ ਵਰਲਡ ਵਾਰ ਅਤੇ ਸੈਕਿੰਡ ਵਰਲਡ ਵਾਰ ਹੈ ਔਰ ਮਹਾਰਾਜਾ ਦਲੀਪ ਸਿੰਘ ਜੋ ਕਿ ਆਖਰੀ ਮਹਾਰਾਜਾ ਸਨ ਉਹਨਾਂ ਨੂੰ ਉਹਨਾਂ ਕੋਲ ਰਾਜ ਭਾਗ ਲੈ ਕੇ ਅਤੇ ਉਹਨਾਂ ਨੂੰ ਇੰਗਲੈਂਡ ਲੈਣ ਦਾ ਅਤੇ ਨਾਲ ਹੀ ਜੋੜਾ ਸਾਡਾ ਕੋਈ ਨੂਰ ਹੀਰਾ ਸੀ ਉਹ ਵੀ ਕਿਉਂਕਿ ਉਹ ਸਿੱਖ ਰਾਜ ਦੇ ਕੋਲ ਸੀ ਉਹ ਵੀ ਇੰਗਲੈਂਡ ਆ ਗਿਆ। ਔਰ ਇੱਕ ਮੈਂ ਗੱਲ ਆਪ ਜੀ ਨੂੰ ਦੱਸਣੀ ਚਾਹਾਂਗਾ ਕਿ ਇਹ ਇੱਕ ਬਹੁਤ ਹੀ ਵੱਡਾ ਸੰਬੰਧ ਹੈ ਸਾਡਾ ਡੱਚਾਂ ਦਾ ਔਰ ਸਿੱਖਾਂ ਦਾ ਕਿ 1852 ਈਸਵੀ ਨੂੰ ਇੱਥੋਂ ਦੀ ਇੱਕ ਕੰਪਨੀ ਹੈ ਰਾਇਲ ਕੋਸਟਲ ਡਾਇਮੰਡ ਫੈਕਟਰੀ, ਉਹ ਜਿਹਦਾ ਦਫ਼ਤਰ ਵਾਟਰਲੂ ਪਲੇਨ ਦੇ ਕੋਲ ਉਸ ਵੇਲੇ ਹੁੰਦਾ ਸੀ ਔਰ ਉਹਨਾਂ ਨੂੰ ਇੰਗਲੈਂਡ ਨੇ ਸੱਦਿਆ ਕਿਉਂਕਿ ਡੱਚ ਬਹੁਤ ਡਾਇਮੰਡ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬੜੇ ਕਾਰੀਗਰ ਨੇ ਔਰ 33 ਦਿਨ ਲਾ ਕੇ ਇਸ ਕੰਪਨੀ ਦੇ ਦੋ ਭਰਾਵਾਂ ਨੇ 33 ਦਿਨ ਲਾ ਕੇ ਉੱਥੇ ਇੰਗਲੈਂਡ ਦੀ ਪੈਂਟਨ ਸਟਰੀਟ ਦੇ ਵਿੱਚ ਇਹਨੂੰ ਕੋਹਿਨੂਰ ਹੀਰੇ ਨੂੰ ਤਰਾਸ਼ਿਆ, ਇਹਦੇ ਟੁਕੜੇ ਕੀਤੇ ਔਰ ਜਿਹਦੇ 'ਚੋਂ ਇੱਕ ਟੁਕੜਾ ਜਿਹੜੀ ਹੈ ਉਹ ਰਾਣੀ ਅਜੇ ਵੀ ਆਪਣੇ ਤਾਜ ਦੇ ਵਿੱਚ ਲਾਉਂਦੀ ਹੈ ਔਰ ਇਹ ਵੀ ਇੱਕ ਬਹੁਤ ਹੀ ਮਤਲਬ ਤਗੜਾ ਸਾਡਾ ਸੰਬੰਧ ਹੈ ਡੱਚਾਂ ਦੇ ਨਾਲ ਕਿ ਜਿਹੜਾ ਕੋਹਿਨੂਰ ਹੀਰੇ ਨੂੰ ਜਿਹੜਾ ਤਰਾਸ਼ਿਆ ਗਿਆ ਹੈ ਉਹ ਇਹਨਾਂ ਡੱਚਾਂ ਨੇ ਤਰਾਸ਼ਿਆ। ਅੱਜ ਇਹਨਾਂ ਦੀ ਜਿਹੜੀ ਫੈਕਟਰੀ ਹੈ ਜੋ ਉਹ ਮਿਊਜ਼ੀਅਮ ਪਲੇਨ ਦੇ ਕੋਲ ਹੈ ਔਰ ਤੁਸੀਂ ਉੱਥੇ ਜੇ ਜਾਓਗੇ ਤਾਂ ਉਹ ਤੁਹਾਡਾ ਉਸੇ ਤਰ੍ਹਾਂ ਹੀ ਬੜਾ ਮਾਣ ਸਤਿਕਾਰ ਕਰਨਗੇ ਔਰ ਤੁਹਾਨੂੰ ਇਹ ਦਰਸਾਉਣ ਦੀ ਵੀ ਕੋਸ਼ਿਸ਼ ਕਰਨਗੇ ਵੀ ਕੋਹਿਨੂਰ ਹੀਰਾ ਉਹ ਤੁਹਾਡਾ ਹੈ ਅਤੇ ਉਹਨਾਂ ਨੇ ਉੱਥੇ ਉਹਦਾ ਇੱਕ ਮਾਡਲ ਜਿਹਾ ਵੀ ਬਣਾਇਆ ਹੋਇਆ ਹੈ ਅਤੇ ਸਿੱਖਾਂ ਦਾ ਬਹੁਤ ਸਤਿਕਾਰ ਕਰਦੇ ਨੇ। ਸੋ ਇਹ ਬੌਂਡੇਜ ਨੇ ਜਿਨ੍ਹਾਂ ਦੇ ਕਰਕੇ ਜੋ ਸਾਡਾ ਸਿੱਖਾਂ ਦਾ ਅਤੇ ਹਾਲਡ ਵਾਲਿਆਂ ਦਾ ਡੱਚਾਂ ਦਾ ਬਹੁਤ ਹੀ ਗੂੜਾ ਸੰਬੰਧ ਹੈ ਔਰ ਉਸ ਤੋਂ ਇਲਾਵਾ ਸਰਕਾਰ ਵੱਲੋਂ ਵੀ ਸਾਨੂੰ ਕਾਫੀ ਮਾਨਤਾ ਮਿਲੀ ਹੋਈ ਹੈ ਔਰ ਮੈਂ ਆਪ ਜੀ ਨੂੰ ਕੋਈ ਚਿੱਠੀਆਂ ਵੀ ਦੇਵਾਂਗਾ ਵੀ ਜਿਹਦੇ ਵਿੱਚ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ, ਸਾਨੂੰ ਕੁਝ ਕੰਸੈਸ਼ਨਾਂ ਦਿੱਤੀਆਂ ਹਨ ਸਾਡੇ ਧਰਮ ਬਾਰੇ ਔਰ ਸਾਡੇ ਕਕਾਰਾਂ ਬਾਰੇ। ਅਸੀਂ ਇੱਥੇ ਕੇਸ ਵੀ ਜਿੱਤੇ ਹਾਂ ਦਸਤਾਰ ਬਾਰੇ, ਸ੍ਰੀ ਸਾਹਿਬ ਬਾਰੇ ਅਤੇ ਹੋਰ ਵੀ ਪੁਲਿਸ ਵੱਲੋਂ ਵੀ ਪੂਰਾ ਸਹਿਯੋਗ ਹੈ। ਸੋ ਮੇਰਾ ਕਹਿਣ ਤੋਂ ਮਤਲਬ ਹੈ ਕਿ ਅਸੀਂ ਇੱਥੇ ਬਿਲਕੁਲ ਠੀਕ ਹਾਂ ਔਰ ਡੱਚ ਲੋਕ ਵਾਕਈ ਖੁੱਲ੍ਹੇ ਡੁੱਲੇ, ਸੁਭਾਅ ਦੇ ਚੰਗੇ
एक दूजे की मदद करने वाले और मिलनसार हैं। और साढ़े इत्थे इस वेले 10 गुरद्वारे हैं। पहला गुरद्वारा जिहड़ा है उस 17 सितंबर 1981 नूं एम्सटरडम दे विच बनिया, लेकिन जिहड़ा मुढ सीगा जिहड़ा मुढ बजा साढ़े सिखां 1977 अप्रैल दे महीने दे विच जिहड़ी आपां पहली विसाखी मरकांटी हाल दे विच मनाई है उहदे विच बजा, और जिहदे विच लगभग 400 संगत सारी यूरोप तो उन्होंने आके शमूलियत की, और असी उदो संगठित हो गए। साड़िया कमेटियां बन गई, जिम्मेवारियां सिखा ने लै लिया, और 1960 तो जिस तरह बेअंत सिंह, त्रिलोचन सिंह, बलबीर सिंह वर्गे परिवार जिहड़े इत्थे आए ने, और दास 1972 दे विच आया है, और 1977 दे विच असी जथेबंद हो गए। अज हुण वाहिगुरू की इन्नी कृपा है कि साढ़े इस मुल्क दे विच 10 गुरद्वारे हैं, 15,000 जो साढ़े परिवार हैं सिख परिवार वो बसते। Nou, ik ben net langs geweest bij Bhupinder Singh. En ik heb begrepen dat een oud generaal vanuit het Nederlandse Rijk Instituut zijn zij door de Sikh Raj zijn zij doorheen gelopen, omdat zij richting zij waren richting Lahore, en destijds kon men dus niet met de vliegtuig. Dus zijn zij met paarden en al zijn zij door de Sikh Raj gegaan. En hij vermeldde dat de Sikhs heel groot waren, en dat was dus de eerste Nederlander kan je noemen die een kennismaking heeft gehad met Sikhs. Toen ik dat hoorde ben ik flink trots geworden, want ik heb, wanneer ik klein was, heb ik verhalen gehoord over die tijd. En ik begreep nu dat dus een Nederlander in die tijd door de Sikh Raj heen is gegaan. Dat het doorheen liep. Ik ben eigenlijk flink trots. Want ik wist dus niet dat er veel Nederlanders waren die toch wel wat mee hebben gemaakt van Sikhs. En eigenlijk denk ik gewoon, het is echt niet een slecht land. Maar het is gewoon een kwestie van uitleggen wat mijn identiteit nou precies is. En ik voel me al veel beter na de verhalen van Bhupinder Singh. En ik begreep dat hij ook hier en daar bezig is met mensen in de gemeente raden om toch meer wat vrijheid te krijgen. Want Nederland is een land waar je heel veel vrijheid krijgt voor je geloof. Dus ik denk dat het gewoon een kwestie is van uitleggen. Ik denk dus echt dat het niet nodig is om naar Engeland te verhuizen. Want langzamerhand zie ik toch dat ik toch geaccepteerd word. En ik voel me veel meer thuis.